ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਕੁਲਵਿੰਦਰ ਕੌਰ ਹੋਣਾ ਦੀ ਮੈਰਿਜ ਹੋਈ ਆ ਔਰ ਉਹ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ, ਹਾਲਾਂਕਿ ਉਹਨਾਂ ਦੇ ਜਿਹੜੇ ਪਤੀ ਨੇ ਉਹ ਵੀ ਜਿਹੜੇ ਨੇ ਜੋਬ ਕਰਦੇ ਨੇ। ਦੱਸ ਦਈਏ ਕਿ ਉਹਨਾਂ ਦੇ ਦੋ ਬੱਚੇ ਵੀ ਨੇ ਸਾਡੇ ਨਾਲ, ਉਹਨਾਂ ਦੇ ਪਰਿਵਾਰ ਮੈਂਬਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦਾ ਕੁਲਵਿੰਦਰ ਕੌਰ ਹੋਣਾ ਦਾ ਸੁਭਾਅ ਸੀ ਔਰ ਕਿਸ ਤਰੀਕੇ ਦੇ ਨਾਲ ਉਹ ਘਰ ਦੇ ਵਿੱਚ ਰਹਿੰਦੇ ਸੀ ਔਰ ਕਦੋਂ ਉਹ ਇਹਦੇ ਵਿੱਚ ਜਦੋਂ ਸੀ ਉਹਨਾਂ ਨੇ ਭਰਤੀ ਲਈ ਸੀ। ਕੀ ਨਾਂ ਜੀ ਆਪਣਾ ਜੀ ਔਰ ਕਿਹੜਾ ਪਿੰਡ ਹੈ ਜੀ? ਮੇਰਾ ਨਾਂ ਜੀ ਅਮਰ ਸਿੰਘ, ਸਾਡਾ ਪਿੰਡ ਮਹੀਵਾਲ ਸੁਲਤਾਨਪੁਰ ਸਾਹਿਬ 'ਚ ਪੈਂਦਾ ਜੀ। ਹਾਂਜੀ, ਉਹ ਕੁਲਵਿੰਦਰ ਕੌਰ ਪੜ੍ਹ ਕੇ ਤੇ ਅੱਜ ਤੋਂ 15-16 ਸਾਲ ਪਹਿਲਾਂ ਭਰਤੀ ਹੋਏ ਆ। ਉਦੋਂ ਤੋਂ ਆਰਮੀ 'ਚ ਉਹ ਜੋਬ ਕਰ ਰਹੇ ਆ, ਬਹੁਤ ਵਧੀਆ ਕਰ ਰਿਹਾ ਇਹ। ਕੋਈ ਵੀ ਇਹੋ ਜਿਹੀ ਘਟਨਾ ਪਹਿਲਾਂ ਨਹੀਂ ਵਾਪਰੀ ਤੇ ਸਾਨੂੰ ਉਮੀਦ ਆ ਵੀ ਹੁਣ ਵੀ ਨਹੀਂ ਵਾਪਰੀ। ਕੋਈ ਉਹਨਾਂ ਦਾ ਤਕਰਾਰ ਹੋਇਆ ਥੋੜਾ ਬੜਾ, ਤੂੰ ਤੂੰ ਮੈਂ ਹੋਈ ਆ, ਕੋਈ ਵੀ ਇਹੋ ਜਿਹੀ ਵੀਡੀਓ ਨਹੀਂ ਆਈ ਜਿਹੜੀ ਵੀ ਉਹਨਾਂ ਦੇ ਥੱਪੜ ਮਾਰਦਿਆਂ ਦੀ, ਇਹ ਜਾਣ ਕੇ ਬਣਾਇਆ ਜਾ ਰਿਹਾ ਵਾ, ਜਾਣ ਕੇ ਸਾਨੂੰ ਇੱਕ ਟੈਗ ਲਾਇਆ ਜਾ ਰਿਹਾ ਸਾਡੇ ਤੇ ਵੀ ਅੱਤਵਾਦੀ ਜਾਂ ਕਿਸ ਤਰ੍ਹਾਂ ਵਾ। ਸਾਡਾ ਪਰਿਵਾਰ ਜਿਹੜਾ ਮੁੜ ਤੋਂ ਹੀ ਇਹ ਆਰਮੀ 'ਚ ਰਿਹਾ ਵਾ, ਮੇਰੇ ਦਾਦਾ ਜੀ ਜਿਹੜੇ ਸੀ ਵੱਡੇ ਉਹ ਵੀ ਜ਼ਿਮੇਦਾਰ ਪੁਲਿਸ ਆਏ ਸੀ, ਸਰਦਾਰ ਮੋਹਨ ਸਿੰਘ ਜ਼ਿਮੇਦਾਰ। ਸਾਡੇ ਪਰਿਵਾਰ 'ਚੋਂ 5 ਫੌਜੀ ਹੋਏ ਆ, ਕੈਪਟਨ ਤੱਕ ਹੋਏ ਆ। ਮੇਰਾ ਡੈਡੀ ਖੁਦ ਫੌਜ 'ਚੋਂ ਰਿਟਾਇਰਮੈਂਟ ਹੋਏ ਆ। ਯਾਨੀ ਕਿ ਸਾਰਾ ਪਰਿਵਾਰ ਜਿਹੜਾ ਫੌਜ ਦੇ ਨਾਲ ਰਿਲੇਟਡ ਸੀ, ਜਿਵੇਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਿਹਾ ਕਿ ਇਹ ਖਾਲਿਸਤਾਨੀ ਆ ਜੀ, ਇਦਾਂ ਜੀ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਸਾਡਾ ਸਾਰਾ ਪਹਿਲਾਂ ਤੋਂ ਹੀ ਪਰਿਵਾਰ ਜਿਹੜਾ ਫੌਜ 'ਚ ਹੀ ਆਰਮੀ 'ਚ ਹੀ। 71 ਦੀ ਜੰਗ ਲੜੀ ਸਾਡੇ ਵੱਡਿਆਂ ਨੇ, ਸਾਡੇ ਡੈਡੀ ਹੋਣਾਂ ਨੇ, ਇਹ 65 ਦੀ ਲੜੀ ਆ, ਬਹੁਤ ਵੱਡੇ ਸੰਘਰਸ਼ ਕੀਤੇ ਆ ਅਸੀਂ। ਬਿਲਕੁਲ ਇਹ ਜਿਹੜਾ ਟੈਗ ਲਾ ਰਿਹਾ ਵੀ ਅੱਤਵਾਦੀ ਜਾਂ ਕਿਸ ਤਰ੍ਹਾਂ ਵੀ ਆ, ਇਹ ਕੰਗਣਾ ਰਣੌਤ ਦੌਰ ਜਿਹੜੀ ਆ, ਇਹ ਪਹਿਲਾਂ ਵੀ ਜ਼ਿਮੀਦਾਰਾਂ ਨੂੰ, ਸਾਡੀਆਂ ਬੀਬੀਆਂ ਭੈਣਾਂ ਨੂੰ ਬਹੁਤ ਮਾੜੀ ਬੋਲ ਰਹੀ ਸੀ ਵੀ ਇਹ ਕੁਲਵਿੰਦਰ ਕੌਰ ਹੋਣੀ ਤੁਹਾਡੇ ਕੀ ਲੱਗਦੇ ਨੇ? ਔਰ ਇਹ ਸਾਡੇ ਚਾਚਾ ਜੀ ਦੀ ਲੜਕੀ ਆ ਜੀ, ਇਹ ਜ਼ਿਮੀਦਾਰ ਮੋਹਨ ਸਿੰਘ ਦੀ ਪੋਤਰੀ ਆ, ਤੇ ਇਹਨਾਂ ਦੇ ਵੀ ਪਰਿਵਾਰ 'ਚ ਤਿੰਨ, ਸਾਡੇ ਜਿੱਦਾਂ ਸਾਡੇ ਮੋਹਨ ਸਿੰਘ ਜੀ ਵੱਡੇ ਦਾਦਾ ਜੀ, ਸ਼ਿਕਾਰਾ ਸਿੰਘ ਜੀ ਸਾਡਾ ਦਾਦਾ ਜੀ, ਫੇ ਪਿਆਰਾ ਸਿੰਘ ਜੀ, ਇਹ ਤਿੰਨ ਭਰਾ ਸੀ ਇੱਕੇ ਪਰਿਵਾਰ 'ਚੋਂ ਅਸੀਂ। ਸਾਡੇ ਪਰਿਵਾਰ 'ਚ 5 ਫੌਜੀ ਹੋਏ ਆ, ਚੰਗੇ ਰੈਂਕ ਤੇ ਰਿਟਾਇਰਮੈਂਟ ਹੋਏ ਆ, ਕੈਪਟਨ ਸੂਬੇਦਾਰ, ਤੇ ਪਹਿਲਾਂ ਤਾਂ ਹੀ ਸਾਡੇ ਆਰਮੀ ਦੇ ਵਿੱਚ ਬਹੁਤ ਬੰਦੇ ਰਹਿ ਚੁੱਕੇ ਆ, ਪਰ ਅਸੀਂ ਇਹੋ ਜਿਹਾ ਕੰਮ ਨਹੀਂ ਅਜੇ ਤੱਕ ਕੀਤਾ। ਇਹ ਜਾਣ ਕੇ ਇਲਜ਼ਾਮ ਲਾ ਰਹੀ ਆ ਕੰਗਣਾ, ਇਹ ਸਾਡੀਆਂ ਧੀਆਂ ਭੈਣਾਂ ਨੂੰ ਬੋਲ ਰਹੀ ਸੀ ਵੀ ਇਹ ਟਕੇ ਟਕੇ ਤੇ ਆਈਆਂ, ਟਕੇ ਟਕੇ ਦੀਆਂ ਜਿਹੜੀਆਂ 100-100 ਰੁਪਏ ਤੇ ਦਿਹਾੜੀ ਤੇ ਆਈਆਂ ਵਾ। ਤੇ ਉਹਨੇ ਕੁਲਵਿੰਦਰ ਕੌਰ ਨੇ ਕਦੇ ਚੈੱਕ ਨੂੰ ਕਰਕੇ ਉਹਨਾਂ ਦਾ ਚੈੱਕ ਕਰ, ਸਮਾਨ ਸਮੂਹ ਚੈੱਕ ਕਰਨ ਨੂੰ ਕਿਹਾ ਉਹਨਾਂ ਦਾ, ਇਹ ਕਰਨ ਤੋਂ ਨਕਾਰੀ ਕੀਤੀ ਇਹਨੇ, ਉਹ ਤੋਂ ਟਕਰਾਰ ਹੋ ਗਿਆ ਇਹਨਾਂ ਦਾ, ਤੂੰ ਤੂੰ ਮੈਂ ਹੋ ਗਈ ਆ। ਹੋਰ ਸਾਨੂੰ ਕੋਈ ਵੀਡੀਓ ਉਹੋ ਜਿਹੀ ਨਹੀਂ ਆਈ, ਜਿਹੜਾ ਵੀ ਲੱਫੜ ਵਾਲੀ ਜਿਹੜੀ ਗੱਲ ਚੱਲ ਰਹੀ ਆ ਉਹੋ ਜਿਹੀ ਕੋਈ ਨਹੀਂ ਆਈ। ਇਹ ਬਿਲਕੁਲ ਇਹਨਾਂ ਦਾ ਜਿਹੜਾ ਬਿਆਨ ਵਾ ਕੰਗਣਾ ਦਾ ਵੀ ਅੱਤਵਾਦੀ ਆ, ਇਤਰਾ ਵਾ, ਫਲਾਨਾ ਵਾ, ਇਹੋ ਜੀ, ਇਹ ਮੈਂ ਜਾਣ ਕੇ ਪਹਿਲਾਂ ਵੀ ਬਹੁਤ ਬੋਲਦੀ ਰਹੀ ਆ ਤੇ ਹੁਣ ਵੀ ਬੋਲ ਗਈ ਸਾਡੇ ਖਿਲਾਫ। ਬਿਲਕੁਲ, ਕਿਸਾਨ ਸੰਘਰਸ਼ ਕਮੇਟੀ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ ਔਰ ਕਾਫੀ ਟਾਈਮ ਤੇ ਤੁਸੀਂ ਖੇਤੀ ਵੀ ਕਰਦੇ ਹੋ, ਤੁਹਾਡੀ ਆਪਦੀ ਜ਼ਮੀਨ ਵੀ ਹੈ, ਔਰ ਕਦੋਂ ਤੋਂ ਜੁੜੇ ਹੋ? ਔਰ ਜਿਹੜੀ ਕੁਲਵਿੰਦਰ ਕੌਰ ਨੂੰ ਗੱਲ ਬੁਰੀ ਲੱਗੀ, ਯਾਨੀ ਕਿ ਉਹ ਟਵੀਟ ਕੀਤਾ ਗਿਆ ਸੀ ਉਸ ਵੱਲੋਂ 100-100 ਰੁਪਏ ਵਾਲਾ ਨਾ? ਹਾਂਜੀ ਹਾਂਜੀ, ਉਹ ਤੁਹਾਡੇ ਸਾਹਮਣੇ ਮੀਡੀਆ 'ਤੇ ਕਿੰਨਾ ਚੱਲਦਾ ਰਿਹਾ ਵਾ, ਬਹੁਤ ਇਹ ਮੰਦਾ ਚੰਗਾ ਬੋਲਦੀ ਰਹੀ ਹੈ ਕਿਸਾਨਾਂ ਵਾਸਤੇ, ਬੀਬੀਆਂ ਵਾਸਤੇ, ਟਵੀਟ ਕੀਤਾ ਗਿਆ ਸੀ ਜਦੋਂ, ਤੇ ਉਦੋਂ ਉਹ ਹੀ ਜਦੋਂ ਤਕਰਾਰ ਹੋ ਗਿਆ ਫਿਰ ਉਹਨਾਂ ਨੇ ਵੀ ਕਹਿਤਾ ਹੋਊਗਾ ਵੀ ਤੁਸੀਂ ਸਾਡੇ ਇਦਾਂ ਬੋਲਦੇ ਰਹੇ ਆ, ਤੂੰ ਬਹਿ ਕੇ ਵਿਖਾ ਉੱਥੇ ਧਰਨੇ ਤੇ ਕਦੇ ਘੰਟਾ, ਇਹੋ ਕਿਹਾ ਨਾ ਕੁਲਵਿੰਦਰ ਕੌਰ ਨੇ ਵੀ ਸਾਡੀ ਮੇਰੀ ਮਾਂ ਬੈਠੀ ਉਦੋਂ ਜੋ ਤੂੰ ਕਹਿ ਰਹੀ ਵੀ 100-100 ਰੁਪਈਏ ਤੇ ਆਈਆਂ ਵਾ ਟਕੇ ਟਕੇ ਦੀਆਂ, ਆਹ ਗੱਲ ਅਸੀਂ ਵੇਖ ਰਹੇ ਹਾਂ। ਪਰ ਇਹ ਜਿਹੜਾ ਸਾਡੇ ਤੇ ਇੱਕ ਹੋਰ ਵਾਲਾ, ਜਿੱਦਾਂ ਆਰਮੀ ਸਾਰੀ ਹਨ, ਇਹ ਸਾਰੇ ਅੱਤਵਾਦੀ ਹੋ ਗਏ, ਇਹ ਖਾਲਿਸਤਾਨੀ ਹੋ ਗਏ ਆ। ਸਾਡੇ ਸਭ ਤੋਂ ਜ਼ਿਆਦਾ ਪੰਜਾਬ ਦੇ ਸ਼ਹੀਦ ਹੁੰਦੇ ਆ ਬਾਰਡਰਾਂ ਦੇ, ਪੰਜਾਬੀ ਸ਼ਹੀਦ ਹੁੰਦੇ ਆ, ਅੱਜ ਇਹ ਕਹਿ ਰਹੀ ਹੈ ਜੀ ਅੱਤਵਾਦੀ ਆ ਜੀ, ਇਹ ਖਾਲਿਸਤਾਨੀ। ਕਿਸਾਨ ਸੰਘਰਸ਼ ਕਮੇਟੀ ਨਾਲ ਤੁਸੀਂ ਲਗਾਤਾਰ ਜੁੜੇ ਹੋ ਔਰ ਉਹਨਾਂ ਦਾ ਸਾਥ ਬਿਲਕੁਲ ਮਿਲ ਰਿਹਾ? ਹਾਂਜੀ ਬਿਲਕੁਲ ਮਿਲ ਰਿਹਾ, ਸਾਰੀਆਂ ਜਥੇਬੰਦੀਆਂ ਇੱਥੇ ਸਵੇਰ ਤੋਂ ਬੈਠੀਆਂ ਹੋਈਆਂ ਵਾ, ਸਾਰੀਆਂ ਹੀ, ਸਾਰਾ ਪੰਜਾਬ ਹੀ ਸਾਥ ਦੇ ਰਿਹਾ ਜੀ, ਸਾਰੀਆਂ ਪਾਰਟੀਆਂ ਵੀ ਸਾਥ ਦੇ ਰਹੀਆਂ ਅੱਜ ਤੱਕ। ਤੇ ਕੁਲਵਿੰਦਰ ਕੌਰ ਹੋਣਾ ਨਾਲ ਲਾਸਟ ਗੱਲਬਾਤ ਤੁਹਾਡੀ ਕੋਈ ਕਦੀ ਹੋਈ ਹੋਵੇ ਜਾਂ ਉਹਨਾਂ ਦੇ ਸ਼ੇਰ ਸਿੰਘ ਭਰਾ ਨਾਲ?
ਸ਼ੇਰ ਸਿੰਘ ਭਰਾ ਨਾਲ ਸਾਡੀ ਨਹੀਂ, ਇਕੱਠੇ ਰਹਿੰਦੇ ਭਰਾ ਜੋ ਆ, ਨਹੀਂ ਨਹੀਂ ਗੱਲਬਾਤ ਨਹੀਂ ਉਹਨਾਂ ਦੀ ਨਹੀਂ ਹੋਈ, ਉਹਨਾਂ ਦੀ ਨਹੀਂ ਹੋਈ ਕਿਉਂ ਆਰਮੀ ਚ ਵਾ ਉੱਥੇ ਗੱਲਬਾਤ ਵੈਸੇ ਵੀ ਘੱਟ ਗਏ ਡਿਊਟੀ ਉਹਨਾਂ ਨੇ ਜਾਣਾ ਵਾ ਉੱਥੇ, ਮੇਰੇ ਹਿਸਾਬ ਨਾਲ ਏਅਰਪੋਰਟ ਤੇ ਡਿਊਟੀ, ਉੱਥੇ ਫੋਨ ਫਾਨ ਵੀ ਘੱਟ ਚੱਲਦੇ ਆ, ਆਪਦਾ ਡਿਊਟੀ ਤੇ ਜਾਂਦੇ ਘਰੇ ਆ ਜਾਂਦੇ ਆ, ਫਿਰ ਡਿਊਟੀ ਤੇ ਜਾਂਦੇ ਘਰੇ ਆ ਜਾਂਦੇ ਆ, ਬਹੁਤ ਘੱਟ ਗੱਲ ਹੁੰਦੀ। ਕੁਲਵਿੰਦਰ ਕੌਰ ਹੋਣਾ ਦੇ ਕਿੰਨੇ ਬੱਚੇ ਨੇ? ਦੋ ਬੱਚੇ, ਇੱਕ ਲੜਕੀ ਇੱਕ ਲੜਕਾ। ਉਹ ਤਾਂ ਆ ਗਏ ਇੱਥੇ ਤੁਹਾਡੇ ਕੋਲ? ਆ ਗਏ ਜੀ, ਆ ਗਏ ਅੱਜ ਪਹੁੰਚ ਗਏ ਜੀ।